ਸਟਾਫ ਤੋਂ ਫੋਨ ਆਇਆ ਕਿ ਤੈਨੂੰ ਇੱਥੇ ਰੂਟੀਨ ਦੀ ਹਾਜ਼ਰੀ ਲਈ ਬੁਲਾਇਆ ਜਾ ਰਿਹਾ। ਇਸ ਤੋਂ ਬਾਅਦ ਉਹਨੂੰ ਸਾਨੂੰ ਨਹੀਂ ਦੱਸਿਆ, 30 ਮਈ 2017 ਨੂੰ ਉਹਨੂੰ ਚੁੱਕ ਕੇ ਲੈ ਗਏ, ਉੱਥੇ ਕੇਸ ਦਰਜ ਕਰਤਾ, ਤੁਸੀਂ ਜਾਓ ਉੱਥੇ ਕੋਰਟ 'ਚ ਉਹਨੂੰ ਮਿਲ ਸਕਦੇ ਆ। ਹਫ਼ਤੇ ਬਾਅਦ ਸਾਨੂੰ ਸਰ ਪਤਾ ਚੱਲਿਆ। 2.5 ਸਾਲਾਂ ਤੋਂ ਬਾਹਰ ਨਹੀਂ ਆਇਆ, ਬਰੀ ਨਹੀਂ ਹੋਇਆ? ਨਹੀਂ ਸਰ, ਜ਼ਮਾਨਤ ਲਾਈ ਆ, ਜ਼ਮਾਨਤ ਵੀ ਸਰ ਰਿਜੈਕਟ ਹੋ ਜਾਂਦੀ ਆ। 2.5 ਸਾਲ 'ਚ ਹੋ ਗਏ ਜੇਲ੍ਹ 'ਚ। ਇਹਦਾ ਬ੍ਰਦਰ ਸੀਗਾ ਰਮਨਦੀਪ ਸਨੀ ਦਾ ਸਰ, ਉਹਨੇ ਟੈਂਸ਼ਨ 'ਚ ਆ ਕੇ ਸੁਸਾਈਡ ਕਰ ਲਿਆ ਸੀ। ਪੁਲਿਸ ਬਹੁਤ ਸਾਨੂੰ ਤੰਗ ਕਰਦੀ ਸੀ, ਇਸ ਕਰਕੇ ਉਹਨੇ ਸੁਸਾਈਡ ਕਰ ਲਿਆ ਸੀਗਾ। ਜਦੋਂ ਇਹਨਾਂ ਨੇ ਇੱਥੋਂ ਚੁੱਕਿਆ ਸੀ, ਬਠਿੰਡੇ ਤੋਂ ਬੁਲਾਇਆ ਸੀ ਸਰ, ਉਸ ਟਾਈਮ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਇਹਦੇ ਅਕਾਊਂਟ 'ਚ ਪੈਸੇ ਆਉਂਦੇ ਆ। ਫਿਰ ਇਹਨਾਂ ਨੇ ਕਿਹਾ ਜੀ ਇਹ ਫੇਸਬੁੱਕ ਚਲਾਉਂਦਾ ਸੀ, ਸੋਸ਼ਲ ਮੀਡੀਆ 'ਤੇ ਸੀ, ਪਰ ਇਹਨਾਂ ਨੇ ਆਪ ਹੀ FIR 'ਚ ਦਰਜ ਕਰਤਾ ਕਿ ਇਹਦੀ ਫੇਸਬੁੱਕ ਖੁੱਲ੍ਹ ਨਹੀਂ ਸਕੀ। ਔਰ ਜਿਹੜੇ ਪੈਸੇ ਆਉਂਦੇ ਸੀ ਉਹ ਇਹਦੀ ਦੁਕਾਨ ਸੀਗੀ ਸਰ, ਅਤੇ ਉੱਥੋਂ ਆਉਂਦੇ ਸੀਗੇ ਦਿੱਲੀ ਤੋਂ। ਕਦੇ ਜ਼ਹਿਨ 'ਚ ਨਹੀਂ ਆਇਆ ਕਿ ਇਸ ਉਮਰ ਦੇ ਵਿੱਚ 2 ਮਹੀਨੇ ਵਿਆਹ ਨੂੰ ਹੋਏ ਸੀਗੇ, ਘਰ ਵਾਲੇ ਨੂੰ ਜੇਲ੍ਹ ਹੋ ਗਈ, ਕਿ ਕਦੇ ਉਹਨੂੰ ਛੱਡ ਦਿਓ ਜਾਂ ਕਦੇ ਮਨ ਦੇ ਵਿੱਚ ਖਿਆਲ ਆਇਆ ਹੋ? ਨਹੀਂ ਸਰ, 2.5 ਸਾਲ ਹੋ ਗਏ, ਕਿਸੇ ਨੂੰ ਫੋਨ ਨਹੀਂ ਕੀਤਾ, ਕੋਈ ਉਹਨੂੰ ਮਿਲ ਨਹੀਂ ਗਿਆ। ਮੈਂ ਜਾਣੀ ਆ, ਮੇਰਾ ਆਧਾਰ ਕਾਰਡ ਉੱਥੇ ਨੰਬਰ ਲੈਂਦੇ ਆ, ਮੇਰੀ ਫੋਟੋ ਹੁੰਦੀ ਹੈ ਬਕਾਇਦਾ, ਉੱਥੇ ਕੁਛ ਵੀ ਰਿਕਾਰਡ ਨਹੀਂ ਹੈਗਾ ਕਿਸੇ ਦਾ। ਉਦੋਂ ਇਹਨਾਂ 'ਤੇ ਐਲੀਗੇਸ਼ਨ ਇਹ ਲਾਏ ਸੀ ਕਿ ਬੱਬਰ ਖਾਲਸਾ ਦਾ ਇੱਕ ਲੈਟਰ ਪੈਡ ਇਹਨਾਂ ਕੋਲੋਂ ਮਿਲਿਆ ਸੀ। ਜਦੋਂ ਐਵੀਡੈਂਸ ਦੇ ਵਿੱਚ ਆਇਆ ਤਾਂ ਲੈਟਰ ਪੈਡ ਜਿਹੜਾ ਫੇਕ ਸਾਬਤ ਹੋਇਆ, ਨਾ ਉਹਦੀ ਮੁਲਾਕਾਤ ਹੋਈ ਹੈ, ਨਾ ਉਹਦੀ ਮੋਬਾਈਲ ਕਿਸੇ ਨਾਲ ਕਾਲ ਉਹਦੇ ਨਾਲ ਰਿਲੇਟਡ ਹੈ, ਤਾਂ ਫਿਰ ਅਸੀਂ ਕਿਵੇਂ ਕਹਾਂਗੇ ਕਿ ਉਹ ਆਦਮੀ ਖਾਲਿਸਤਾਨ ਦੇ ਜਾਂ ਪਾਕਿਸਤਾਨ ਦੇ IS ਨਾਲ? ਹੋ ਸਕਦਾ ਇਹ ਬੰਦੇ ਮੁਲਾਕਾਤ ਕਰਨ ਜਾਂਦੇ ਹੋਣ। ਵਿਦਆਊਟ ਇੰਟਰੀ ਰਜਿਸਟਰ ਤੋਂ, ਇੰਟਰੀ ਤੋਂ ਬਿਨਾਂ ਮੁਲਾਕਾਤ ਨਹੀਂ ਹੁੰਦੀ। ਸੋ ਇਹ ਜਾਣ ਬੁੱਝ ਕੇ ਸੰਨੀ ਮਾਮਲਾ ਉਦੋਂ ਦਰਜ ਹੋਇਆ ਜਦੋਂ ਜੇਲ੍ਹ ਦੇ ਵਿੱਚ ਸੀਗਾ, 2.5 ਸਾਲ ਪਿੱਛੇ ਜੇਲ੍ਹ ਦੇ ਵਿੱਚ ਹੈ। ਅਗਰ ਜਦੋਂ ਪਹਿਲੇ ਪਰਚੇ 'ਤੇ ਇਹਨੂੰ ਇਨਵੈਸਟੀਗੇਸ਼ਨ ਕੀਤੀ ਹੈ, ਇਹਨਾਂ ਨੇ ਇਨਕੁਆਇਰੀ ਕੀਤੀ ਹੈ, ਜੇ ਇਹਦੇ ਖਾਲਿਸਤਾਨ ਨਾਲ ਲਿੰਕ ਹੁੰਦੇ, ਇਹਨਾਂ ਬੰਦਿਆਂ ਨਾਲ ਲਿੰਕ ਹੁੰਦੇ, ਤਾਂ 2.5 ਸਾਲ ਪਹਿਲਾਂ ਹੀ ਇਨਵੈਸਟੀਗੇਸ਼ਨ 'ਚ ਆ ਜਾਣੇ ਸੀ। ਹੁਣ ਤਾਂ ਬੰਦਾ ਜੇਲ੍ਹ ਦੇ ਵਿੱਚ ਹੈ, 1.5 ਸਾਲ ਉਹ ਨਾਭਾ ਜੇਲ੍ਹ 'ਚ ਰਿਹਾ, 1 ਸਾਲ ਤੋਂ ਉਹਦੀ ਫੈਮਿਲੀ ਕਰਕੇ ਜੇਲ੍ਹ ਟ੍ਰਾਂਸਫਰ ਬਠਿੰਡਾ ਹੋ, ਅਤੇ ਇਹ ਪੋਸੀਬਲ ਹੀ ਹੈ ਨਹੀਂ ਕਿ ਉਹਦੇ ਕਿਤੇ ਨਾਲ ਲਿੰਕ ਹੋਣ। ਜੇ ਸਪੋਜ਼ ਕਰੋ ਇਹ ਲਿੰਕ ਸਾਬਤ ਕਰਦੇ ਨੇ, ਤਾਂ ਇਹਦਾ ਮਤਲਬ ਤਾਂ ਇਹ ਹੋਇਆ ਕਿ ਇਹਨਾਂ ਦੇ ਅਫੀਸਰ ਅਤੇ ਜੇਲ੍ਹ ਵਿੱਚ ਸਾਰੀ ਰਲੀ ਹੋਈ ਹੈ, ਫਿਰ ਉਹਨਾਂ ਨੂੰ ਮੁਲਜ਼ਮ ਬਣਾਉਣ ਕੀ? ਹੁਣ ਤਾਂ ਕਾਰਨ ਕੀ, ਸਾਡੇ ਜਿਹੜੇ ਅਫੀਸਰ ਨੇ ਪੰਜਾਬ ਦੇ, ਇਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਕਿ 5-6 ਮਹੀਨਿਆਂ ਦੇ ਬਾਅਦ ਜਿਹੜੇ ਸਿੱਖ ਮੁੰਡਿਆਂ ਨੂੰ ਦਿਖਾਉਣਾ ਕਿ ਇਹ ਖਾਲਿਸਤਾਨ ਲਈ ਕੰਮ ਕਰ ਰਹੇ ਨੇ, ਜਦਕਿ ਪੰਜਾਬ ਦੇ ਵਿੱਚ ਅਜਿਹੀ ਗੱਲ ਹੈ। ਸਰ ਮੈਂ ਛੱਡ ਕੇ ਜਾਊਂਗੀ ਕਿੱਥੇ? ਐਡਾ ਵਧੀਆ ਮੁੰਡਾ ਮੈਨੂੰ ਹੋਰ ਨਹੀਂ ਮਿਲੇਗਾ ਕੋਈ। ਰਮਨਦੀਪ ਸਿੰਘ ਇੱਕ ਸਰਦਾਰ ਆ, ਕੁਝ ਖਾਂਦਾ ਪੀਂਦਾ ਨਹੀਂ, ਹਰ ਇੱਕ ਦੀ ਮਦਦ ਕਰਦਾ, ਬਹੁਤ ਵਧੀਆ ਬੰਦਾ ਹੈ। ਜੇ ਕੋਈ ਮੈਂ ਕਿਸੇ ਨੂੰ ਬੁਲਾਉਂਦੀ ਵੀ ਹਾਂ ਕੋਈ ਘਰ ਵੀ ਕੰਮ ਚਾਹੇ ਤੇ ਕਰਨਾ, ਤੇ ਉਹਦੇ ਘਰ ਪੁਲਿਸ ਸਿੱਧਾ ਚਲ ਜਾਂਦੀ, ਤੁਸੀਂ ਇਹਨਾਂ ਦੇ ਘਰ ਕਿਉਂ ਜਾ ਰਹੇ ਹੋ? ਤੁਹਾਡੇ ਤੇ ਪਰਚੇ ਦਰਜ ਹੋ ਜਾਣਗੇ। ਇੱਥੋਂ ਤੱਕ ਕਿ ਮੈਨੂੰ ਵੀ ਕਹਿ ਚੁੱਕਿਆ ਜੇ ਤੂੰ ਜਾਏਂਗੀ ਨਾ ਬਾਹਰ ਅੰਦਰ, ਤੇਰੇ ਤੇ ਵੀ ਪਰਚੇ ਦਰਜ ਹੋਣ। ਤੰਗ ਕੌਣ ਕਰਦਾ ਸਰ? ਪੁਲਿਸ ਵਾਲੇ ਪੂਰੀ ਨਿਗਾਹ ਰੱਖਦੇ ਆ। ਡਰ ਲੱਗਦਾ ਤੁਹਾਨੂੰ ਕਈ ਵਾਰੀ ਘਰ ਦੇ ਵਿੱਚ ਇਕੱਲੇ ਰਹਿੰਦੇ ਕਿ ਇੰਨੇ ਪਿੱਛੇ ਲੱਗੇ ਹੋਏ ਨੇ, ਜਾਂ ਕੋਈ ਚੰਗੀ ਮਾੜੀ ਗੱਲ ਨਾ ਕੋਈ ਹੋ ਜਾਵੇ? ਸਰ ਲੱਗਦਾ ਤਾਂ ਹੈ, ਹੁਣ ਕੀ ਕਰੀਏ, ਮਜਬੂਰੀ ਆ, ਰਹਿਣਾ ਪੈਂਦਾ। ਛੱਡ ਕੇ ਕਿੱਥੇ ਚਲੀ ਜਾਵਾਂਗੇ ਹੁਣ? ਅਸੀਂ ਪਰਿਵਾਰਿਕ ਜ਼ਿੰਦਗੀ ਜੀਣਾ ਚਾਹੁੰਦੇ ਹਾਂ। ਵੀ ਰਮਨਦੀਪ ਸਿੰਘ ਨੂੰ ਹੁਣ ਰਿਹਾਅ ਕਰ ਦਿਉ, ਕਿਉਂ ਉੱਥੇ ਵਾਰ ਵਾਰ ਕੇਸ ਪਾਈ ਜਾ ਰਹੇ ਹੋ? ਸਰ ਐਸੀ ਜ਼ਿੰਦਗੀ ਜੀ ਨਹੀਂ ਜਾਂਦੀ, ਬੜੀ ਮੁਸ਼ਕਿਲ ਹੋ ਜਾਂਦੀ ਆ। ਕੋਈ ਸੰਬੰਧ ਤੁਹਾਨੂੰ ਕਦੇ ਦੱਸਿਆ, ਕਦੇ ਤਾਰਾ ਨਾਲ ਜਾਂ ਕਿਸੇ ਹੋਰ ਨਾਲ ਕਦੇ ਮਿਲਿਆ ਹੋਵੇ ਜਾਂ ਗੱਲਬਾਤ ਹੋਈ? ਨਹੀਂ ਸਰ, ਕਦੇ ਵੀ ਨਹੀਂ ਹੋਇਆ। ਮੈਂ 2 ਮਹੀਨੇ ਰਹੀ ਹਾਂ ਸਰ, ਕਦੇ ਵੀ ਫੋਨ 'ਤੇ ਉਹਨੇ ਫੇਸਬੁੱਕ ਕੁਛ ਵੀ ਨਹੀਂ ਚਲਾਇਆ। ਵੀ ਜੇ ਜ਼ਮਾਨਤ ਉਹਨੇ ਸੋਸ਼ਲ ਮੀਡੀਆ ਵਾਸਤੇ ਕਹਿ ਰਿਹਾ, ਕੋਈ ਫੇਸਬੁੱਕ ਉਹਦੇ ਕੋਲ ਚੱਲ ਹੀ ਨਹੀਂ ਰਹੀ, ਕੋਈ ਪ੍ਰੂਫ ਹੀ ਨਹੀਂ ਹੈਗਾ ਸਰ ਇਹਨਾਂ ਕੋਲ। ਰਮਨਦੀਪ ਸਿੰਘ ਨਾਂ ਦਾ ਗੁਰਸਿੱਖ ਨੌਜਵਾਨ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਹੈ, ਅੰਡਰ ਟ੍ਰਾਇਲ ਹੈ ਉਹ ਇੱਕ ਮਾਮਲੇ ਦੇ ਵਿੱਚ, ਔਰ ਉਸ ਤੋਂ ਪਹਿਲਾਂ 2014 ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਰੇ ਹੋਣਾ ਦੇ ਨਾਲ ਸੰਬੰਧ ਔਰ ਹੋਰ ਬਹੁਤ ਸਾਰੀਆਂ ਐਕਟੀਵਿਟੀਜ਼ ਦੇ ਵਿੱਚ।
ਉਸਦੀ ਧਰਮ ਪਤਨੀ ਦਾ ਕਹਿਣਾ ਹੈ ਕਿ ਹੁਣ ਪਿਛਲੇ 2.5-3 ਸਾਲ ਤੋਂ ਜੇਲ੍ਹ 'ਚ ਬੰਦ ਹੈ ਔਰ ਇੱਕ ਨਵਾਂ ਮਾਮਲਾ ਉਸ 'ਤੇ ਦਰਜ ਕਰ ਦਿੱਤਾ ਗਿਆ ਹੈ ਕਿ ਉਸਦੇ ਖਾਲਿਸਤਾਨ ਦੇ ਨਾਲ ਜਿਹੜੇ ਸੰਬੰਧ ਨੇ ਔਰ ਉਹ ਐਸੀਆਂ ਐਕਟੀਵਿਟੀਜ਼ ਦੇ ਵਿੱਚ ਮਸਰੂਫ ਹੈ। ਕੀ ਮਾਮਲਾ ਹੈ, ਲੀਗਲ ਐਕਟੀਵਿਟੀ ਕੀ ਹੋਈ ਹੈ, ਉਹ ਵੀ ਜਾਣਾਂਗੇ। ਪਰ ਉਸ ਨੌਜਵਾਨ ਦੀ ਪਤਨੀ ਸਾਡੇ ਨਾਲ ਹੈ, ਕੀ ਨਾਂ ਹੈ ਜੀ ਤੁਹਾਡਾ? ਸੁਖਪ੍ਰੀਤ ਕੌਰ ਸਰ। ਮੈਂ ਕੀ ਹੋਇਆ, ਕੀ ਹੈ ਸੁਖਪ੍ਰੀਤ? ਸਰ, ਰਮਨਦੀਪ ਸੰਨੀ ਨੂੰ ਮੇਰੀ ਮਾਰਚ ਵਿੱਚ ਮੈਰਿਜ ਹੋਈ ਸੀ। 2 ਮਹੀਨੇ ਹੋਏ ਸੀ। ਇਸ ਤੋਂ ਬਾਅਦ CI ਸਟਾਫ ਤੋਂ ਫੋਨ ਆਇਆ ਕਿ ਤੈਨੂੰ ਇੱਥੇ ਰੂਟੀਨ ਦੀ ਹਾਜ਼ਰੀ ਲਈ ਬੁਲਾਇਆ ਜਾ ਰਿਹਾ। ਇਸ ਤੋਂ ਬਾਅਦ ਉਹਨੂੰ ਸਾਨੂੰ ਨਹੀਂ ਦੱਸਿਆ। 30 ਮਈ 2017 ਨੂੰ ਉਹਨੂੰ ਚੁੱਕ ਕੇ ਲੈ ਗਏ ਅਤੇ ਸਾਨੂੰ ਇਸ ਤੋਂ ਬਾਅਦ ਦੱਸਿਆ ਗਿਆ ਕਿ ਰਮਨਦੀਪ ਮੋਹਾਲੀ ਕੇਸ ਵਿੱਚ ਦਰਜ ਹੈ, ਉੱਥੇ ਕੇਸ ਦਰਜ ਕਰਤਾ, ਤੁਸੀਂ ਜਾਓ ਉੱਥੇ ਕੋਰਟ 'ਚ ਉਹਨੂੰ ਮਿਲ ਸਕਦੇ ਹਾਂ। ਹਫ਼ਤੇ ਬਾਅਦ ਸਾਨੂੰ ਸਰ ਪਤਾ ਚੱਲਿਆ। ਤੁਹਾਨੂੰ ਹਫ਼ਤਾ ਇਹ ਨਹੀਂ ਪਤਾ ਚੱਲਿਆ ਕਿ ਤੁਹਾਡਾ ਹਸਬੈਂਡ ਕਿੱਥੇ? ਸਰ, ਅਸੀਂ ਇੱਥੇ ਪੁਲਿਸ ਵਾਲਿਆਂ ਨੂੰ ਪੁੱਛਣ ਦੀ ਬਹੁਤ ਕੋਸ਼ਿਸ਼ ਕੀਤੀ ਆ, ਪਰ ਉਹਨਾਂ ਨੇ ਕਿਰਪਾਲ ਸਿੰਘ CI ਸਟਾਫ 'ਚ ਉਹਨੇ ਕਿਹਾ ਕਿ ਇੱਥੇ ਨਹੀਂ ਹੈਗਾ ਅਤੇ ਇੱਧਰੋਂ ਥਾਣੇ 'ਚ ਚੇਂਜ ਕਰੀ ਜਾ ਰਹੇ ਹਾਂ, ਤੁਹਾਨੂੰ ਮਿਲਾ ਦਾਂਗੇ, ਅੱਜ ਸਵੇਰੇ ਮਿਲਾ ਦਾਂਗੇ, ਸ਼ਾਮ ਮਿਲਾ ਦਾਂਗੇ, ਸਾਨੂੰ ਕੁਛ ਨਹੀਂ ਦੱਸਿਆ। ਪਿੰਡ ਕਿਹੜਾ ਤੁਹਾਡਾ? ਬਠਿੰਡਾ ਤੋਂ ਸਰ। ਖਾਸ ਬਠਿੰਡਾ ਤੋਂ ਬਿਲੋਂਗ? ਹਾਂਜੀ ਸਰ। ਔਰ ਉਹ ਬਠਿੰਡਾ ਦੀ ਪੁਲਿਸ ਲੈ ਕੇ ਗਈ ਸੀ ਇਹ ਸਟਾਫ ਬਠਿੰਡਾ ਲੈ ਕੇ ਗਿਆ ਸਰ? ਉਹਨਾਂ CI ਸਟਾਫ ਕਿਰਪਾਲ ਸਿੰਘ ਨੇ ਫੋਨ ਕਰਕੇ ਖੁਦ ਬੁਲਾਇਆ ਨੂੰ। ਤੇ ਫਿਰ ਤੁਹਾਨੂੰ ਵੀ ਨਹੀਂ ਦੱਸਿਆ? ਨਹੀਂ ਸਰ, ਮੈਂ ਫੋਨ ਬਹੁਤ ਕੀਤੇ ਆ ਪਰ ਮੇਰਾ ਉਹਨਾਂ ਨੇ ਫੋਨ ਵੀ ਨਹੀਂ ਚੁੱਕਿਆ ਅਤੇ ਨਾ ਸਾਨੂੰ ਕੁਝ ਉਹਨਾਂ ਨੇ ਦੱਸਿਆ। ਸਾਨੂੰ ਇਸ ਤੋਂ ਬਾਅਦ 30 ਤਰੀਕ ਤੋਂ ਬਾਅਦ ਸਾਨੂੰ ਇਹਨਾਂ ਨੇ 3 ਤਰੀਕ ਸ਼ਾਮ ਨੂੰ ਦੱਸਿਆ ਕਿ ਜਾਓ ਤੁਸੀਂ ਉਹਨਾਂ ਨੂੰ ਮੋਹਾਲੀ ਕੋਰਟ 'ਚ ਮਿਲ ਸਕਦੇ, ਉਹਨਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ। ਔਰ ਉਦੋਂ ਤੁਹਾਡੇ ਵਿਆਹ ਨੂੰ ਸਿਰਫ 2 ਮਹੀਨੇ ਹੋਏ ਸੀ? ਹਾਂਜੀ ਸਰ, ਮੇਰੀ ਮੈਰਿਜ ਨੂੰ ਸਿਰਫ 2 ਮਹੀਨੇ ਹੋਏ ਸੀ। ਮੈਂ ਨਾ ਕਿਸੇ ਨੂੰ ਸਰ ਜਾਣਦੀ ਵੀ ਨਹੀਂ ਸੀ, ਇਹਦਾ ਬ੍ਰਦਰ ਸੀਗਾ ਉਹ ਹੀ ਗਿਆ ਪਿੱਛੇ ਦੇ ਥੋੜ੍ਹੇ ਬਹੁਤ ਟਾਈਮ ਲਈ। 2 ਮਹੀਨੇ ਵਿਆਹ ਨੂੰ ਹੋਏ ਹੈ ਔਰ ਹੁਣ ਲਗਭਗ 3 ਸਾਲ ਹੋ ਗਏ ਜੇਲ੍ਹ 'ਚ? ਸਾਨੂੰ ਹੁਣ 2.5 ਸਾਲ ਹੋ ਗਿਆ ਜੀ। 2.5 ਸਾਲ ਹੋ ਗਏ? ਹਾਂਜੀ ਸਰ। 2.5 ਸਾਲਾਂ ਤੋਂ ਬਾਹਰ ਨਹੀਂ ਆਇਆ, ਬਰੀ ਨਹੀਂ ਹੋਇਆ? ਨਹੀਂ ਸਰ, ਜ਼ਮਾਨਤ ਲਾਈ ਆ, ਜ਼ਮਾਨਤ ਵੀ ਸਰ ਰਿਜੈਕਟ ਹੋ ਜਾਂਦੀ ਆ। 2.5 ਸਾਲ 'ਚ ਹੋ ਗਏ ਜੇਲ੍ਹ 'ਚ ਹੁਣ। ਅਤੇ ਸਿਰਫ ਤੁਸੀਂ ਮੁਲਾਕਾਤ ਤੁਹਾਡੀ ਜਦੋਂ ਕਦੇ ਉਹ ਪੇਸ਼ੀ 'ਤੇ ਆਉਂਦੇ ਉਦੋਂ ਹੁੰਦੀ ਹੈ? ਸਰ, ਪੇਸ਼ੀ 'ਤੇ ਪਹਿਲਾਂ ਆਉਂਦੇ ਸੀ, ਜੋ ਬਠਿੰਡੇ ਕੇਸ ਸੀਗਾ ਤਾਂ ਮੈਂ ਇੱਥੇ ਹੀ ਮਿਲਦੀ ਸੀ। ਹੁਣ ਫਰਵਰੀ 'ਚ ਕੇਸ ਖਤਮ ਹੋ ਗਿਆ, ਇਸ ਤੋਂ ਬਾਅਦ ਹੁਣ ਮੈਂ ਜਾਂਦੀ ਹਾਂ ਬਠਿੰਡਾ ਜੇਲ੍ਹ 'ਚ ਮਿਲ ਕੇ ਆਉਂਦੀ ਹਾਂ ਹਫ਼ਤੇ 'ਚ ਇੱਕ ਵਾਰ। ਤੁਹਾਡੇ ਘਰ ਦੇ ਹਾਲਾਤ ਕੀ ਨੇ? ਸਰ, ਘਰ ਵਿੱਚ ਮੇਰੇ ਬਸ ਦਾਦੀ ਮਾਤਾ ਨੇ ਇੱਥੇ ਅਤੇ ਅਸੀਂ 2 ਜਾਣੇ ਹਾਂ, ਇਸ ਤੋਂ ਇਲਾਵਾ ਕੋਈ ਨਹੀਂ। ਇਹਦਾ ਬ੍ਰਦਰ ਸੀਗਾ ਰਮਨਦੀਪ ਸੰਨੀ ਦਾ ਸਰ, ਉਹਨੇ ਟੈਂਸ਼ਨ 'ਚ ਆ ਕੇ ਸੁਸਾਈਡ ਕਰ ਲਿਆ ਸੀ। ਪੁਲਿਸ ਬਹੁਤ ਸਾਨੂੰ ਤੰਗ ਕਰਦੀ ਸੀ, ਇਸ ਕਰਕੇ ਉਹਨੇ ਸੁਸਾਈਡ ਕਰ ਲਿਆ ਸੀਗਾ। ਇਹ ਕਦੋਂ ਦੀ ਗੱਲ ਹੈ? ਸਰ, 2 ਸਾਲ ਹੋ ਗਏ, ਉਹਨੇ 14/11/2017 ਸੁਸਾਈਡ ਕੀਤਾ। ਕੀ ਕਾਰਨ ਕੀ ਬਣਿਆ, ਸੁਸਾਈਡ ਕਿਉਂ ਕੀਤਾ? ਸਰ, ਉਹਨੂੰ ਪੁਲਿਸ ਬਹੁਤ ਤੰਗ ਕਰਦੀ ਸੀਗੀ ਕਿ ਤੈਨੂੰ ਵੀ ਚੱਕਾਂਗੇ, ਪਰਚਾ ਪਾਵਾਂਗੇ, ਤੂੰ ਇਹਨਾਂ ਦੇ ਨਾਲ ਜਾਣਾ ਹੈ। ਅਤੇ ਉਹਨੇ ਆਪਣੇ ਆਪ ਜਦੋਂ ਉਹਨੂੰ ਅਸੀਂ ਪੁੱਛਦੇ ਸੀ ਕੀ ਹੋਇਆ, ਕਹਿ ਰਿਹਾ ਸੀ ਮੈਂ ਇਕੱਲਾ ਰਹਿ ਗਿਆ, ਡਿਪਰੈਸ਼ਨ 'ਚ ਲੈ ਗਿਆ, ਹੋਸਪਿਟਲ ਵੀ ਬਹੁਤ ਦਾਖਲ ਰਿਹਾ, ਪਰ ਉਹ ਠੀਕ ਨਹੀਂ ਹੋਇਆ ਸਰ, ਉਹਨੇ ਆਪਣੇ ਆਪ ਸੁਸਾਈਡ ਕਰ ਲਿਆ। ਅਤੇ ਤੁਸੀਂ ਹੁਣ ਇਕੱਲੇ ਹੋ, ਇਹ ਪੂਰਾ ਕੇਸ ਤੁਸੀਂ ਜਿੰਨੀ ਪੈਰਵਾਈ ਕਰ ਰਹੇ ਹੋ ਇਕੱਲੇ ਕਰ ਰਹੇ ਹੋ? ਹਾਂਜੀ ਸਰ, ਮੇਰਾ ਬ੍ਰਦਰ ਸੀ ਸਰ, ਉਹਨੂੰ ਵੀ ਇਹਨਾਂ ਨੇ ਇੱਥੇ ਰਹਿ ਰਿਹਾ ਸੀ ਮੇਰੇ ਕੋਲ, ਉਹ ਵੀ ਟੈਂਸ਼ਨ ਦੀ ਕਰਕੇ ਉਹਨੂੰ ਅਚਾਨਕ ਸੁਸਾਈ ਉਹਨੇ ਉਹ ਕਰ ਲਿਆ। ਮੇਰੇ ਬ੍ਰਦਰ ਨੂੰ ਅਚਾਨਕ ਅਟੈਕ ਹੋ ਗਿਆ ਸਰ, 3 ਮਹੀਨੇ ਹੋ ਗਏ। ਮੇਰਾ ਬ੍ਰਦਰ ਇੱਥੇ ਰਹਿ ਰਿਹਾ ਸੀ, ਉਹੀ ਮੇਰੇ ਨਾਲ ਜਾਣ ਆਉਣਾ ਸਾਰਾ ਕੰਮ ਉਹੀ ਕਰਾਉਂਦਾ ਸੀ। ਅਤੇ ਉਹ ਜਿਹੜੇ ਦਾਦੀ ਨੇ, ਬਜ਼ੁਰਗ ਨੇ ਕਾਫੀ? ਹਾਂਜੀ ਸਰ, 95 ਸਾਲ ਤੋਂ ਉੱਪਰ ਨੇ, ਬਸ ਉਹ ਆਪਣੇ ਆਪ ਚੱਲ ਫਿਰ ਥੋੜ੍ਹਾ ਬਹੁਤ ਸਕਦੇ ਆ, ਬਾਹਰ ਘਰ ਤੋਂ ਨਹੀਂ ਨਿਕਲ ਸਕਦੇ। ਅਤੇ ਰਮਨ ਦੇ ਮਾਂ ਪਿਓ? ਸਰ, ਉਹ 7 ਸਾਲ ਦਾ ਸੀ, ਉਹਦੇ ਮੰਮੀ ਪਾਪਾ ਉਸ ਟਾਈਮ ਉਹਨੂੰ ਛੱਡ ਗਏ ਸੀਗੇ, ਉਸ ਟਾਈਮ ਡੈਥ ਹੋ ਗਈ ਉਹਨਾਂ ਦੀ। ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਉਹ ਕਿਸੇ ਗਲਤ ਐਕਟੀਵਿਟੀ ਜਾਂ ਖਾਲਿਸਤਾਨ ਦੀ ਕਿਸੇ ਐਕਟੀਵਿਟੀ 'ਚ ਹੈਗਾ? ਨਹੀਂ ਸਰ, ਜਦੋਂ ਇਹਨਾਂ ਨੇ ਇੱਥੋਂ ਚੁੱਕਿਆ ਸੀ, ਬਠਿੰਡੇ ਤੋਂ ਬੁਲਾਇਆ ਸੀ ਸਰ, ਉਸ ਟਾਈਮ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਇਹਦੇ ਅਕਾਊਂਟ 'ਚ ਪੈਸੇ ਆਉਂਦੇ ਆ। ਫਿਰ ਇਹਨਾਂ ਨੇ ਕਿਹਾ ਜੀ ਇਹ ਫੇਸਬੁੱਕ ਚਲਾਉਂਦਾ ਸੀ, ਸੋਸ਼ਲ ਮੀਡੀਆ 'ਤੇ ਸੀ, ਪਰ ਇਹਨਾਂ ਨੇ ਆਪ ਹੀ FIR 'ਚ ਦਰਜ ਕਰਤਾ ਕਿ ਇਹਦੀ ਫੇਸਬੁੱਕ ਖੋਲ੍ਹੀ ਨਹੀਂ ਸਕੀ। ਔਰ ਜਿਹੜੇ ਪੈਸੇ ਆਉਂਦੇ ਸੀ ਉਹ ਇਹਦੀ ਦੁਕਾਨ ਸੀਗੀ ਸਰ, ਅਤੇ ਉੱਥੋਂ ਆਉਂਦੇ ਸੀਗੇ ਦਿੱਲੀ ਤੋਂ।
ਕਬਾੜ ਦਾ ਸਮਾਨ ਉੱਥੇ ਸੁੱਟ ਕੇ ਆਉਂਦਾ ਸੀ ਅਤੇ ਉੱਥੋਂ ਹੀ ਉਹਨੂੰ ਪੈਸੇ ਮਿਲਦੇ ਸੀ। ਤੁਹਾਡੇ ਕਦੇ ਜ਼ਹਿਨ 'ਚ ਨਹੀਂ ਆਇਆ ਕਿ ਇਸ ਉਮਰ ਦੇ ਵਿੱਚ 2 ਮਹੀਨੇ ਵਿਆਹ ਨੂੰ ਹੋਏ ਸੀਗੇ, ਘਰ ਵਾਲੇ ਨੂੰ ਜੇਲ੍ਹ ਹੋ ਗਈ, ਕਿ ਕਦੇ ਉਹਨੂੰ ਛੱਡ ਦਿਓ ਜਾਂ ਕਦੇ ਮਨ ਦੇ ਵਿੱਚ ਖਿਆਲ ਆਇਆ ਹੋਵੇ? ਨਹੀਂ ਸਰ, ਸਰ ਹੁਣ ਮਾਤਾ ਨੇ ਜੇ ਉਹਦੀ ਦਾਦੀ ਹੈ ਤਾਂ ਮੇਰੇ ਵੀ ਦਾਦੀ ਹੈ, ਜੇ ਮੇਰੇ ਆਪਣੇ ਦਾਦੀ ਹੁੰਦੇ ਤਾਂ ਮੈਂ ਉਹਨਾਂ ਨੂੰ ਥੋੜ੍ਹੀ ਧੱਕਾ ਦਿੰਦੀ, ਮੇਰੇ ਆਪਣੇ ਦਾਦੀ ਦੀ ਤਰ੍ਹਾਂ ਹੀ ਆ ਹੁਣ ਤਾਂ। ਤੁਹਾਨੂੰ ਆਸ ਹੈਗੀ ਹੈ ਕਿ ਬਾਹਰ ਆ ਜਾਏਗਾ? ਹਾਂਜੀ ਸਰ, ਆਸ ਹੈਗੀ ਆ। ਹੁਣ ਜਿਹੜਾ ਨਵਾਂ ਮਾਮਲਾ ਹੈ ਉਹਦੇ ਬਾਰੇ ਤੁਹਾਨੂੰ ਕੀ ਪਤਾ ਲੱਗਿਆ? ਸਰ ਉਹਦੇ ਬਾਰੇ 'ਚ ਇਹਨਾਂ ਨੇ 3 ਨਾਮ ਪਾਏ ਨੇ ਕਿ ਇਹ ਰਮਨਦੀਪ ਸਿੰਘ ਉਹਨਾਂ ਦੇ ਨਾਲ ਹੈਗਾ, ਇੱਕ ਲਖਵੀਰ ਸਿੰਘ ਦਾ, ਇੱਕ ਪਰਮਜੀਤ ਸਿੰਘ ਅਤੇ ਇੱਕ ਸੁਰਿੰਦਰ ਕੌਰ। ਜੇ ਇਹਨਾਂ ਨੇ 3 ਨਾਮ ਪਾ ਦਿੱਤੇ ਕਿ ਰਮਨਦੀਪ ਸਿੰਘ ਜੋ ਬਠਿੰਡਾ ਜੇਲ੍ਹ 'ਚ ਬੰਦ ਆ, ਇਹ ਵੀ ਨਾਲ ਲਿਖਤਾ ਕਿ 120 'ਚ ਇਹ ਇਹਨਾਂ ਦੇ ਨਾਲ ਹੈ। ਪਰ ਸਰ ਉਹਨੇ ਤਾਂ 2.5 ਸਾਲ ਹੋ ਗਏ ਕਿਸੇ ਨੂੰ ਫੋਨ ਨਹੀਂ ਕੀਤਾ, ਕੋਈ ਉਹਨੂੰ ਮਿਲ ਨਹੀਂ ਗਿਆ। ਮੈਂ ਜਾਣੀ ਹਾਂ, ਮੇਰਾ ਆਧਾਰ ਕਾਰਡ ਉੱਥੇ ਨੰਬਰ ਲੈਂਦੇ ਆ, ਮੇਰੀ ਫੋਟੋ ਹੁੰਦੀ ਹੈ ਬਕਾਇਦਾ, ਉੱਥੇ ਕੁਛ ਵੀ ਰਿਕਾਰਡ ਨਹੀਂ ਹੈਗਾ ਕਿਸੇ ਦਾ। ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? ਸਰ ਮੇਰੇ ਮਾਂ ਬਾਪ ਦੇ ਸਿਰ 'ਤੇ ਚੱਲਦਾ। ਤਾਂ ਇਹ ਪੱਖ ਜਿਹੜਾ ਹੈ, ਇਹ ਰਮਨ ਦੀ ਪਤਨੀ ਹੈ, 2 ਮਹੀਨੇ ਵਿਆਹ ਨੂੰ ਹੋਏ ਸੀਗੇ, ਉਸ ਤੋਂ ਬਾਅਦ ਰਮਨ ਨੂੰ ਚੁੱਕ ਲਿਆ ਜਾਂਦਾ ਔਰ ਉਸਦੇ ਉੱਤੇ ਪਰਚਾ ਦਰਜ ਹੁੰਦਾ। ਕੀ ਪਰਚੇ ਦਰਜ ਹੋਏ ਆ ਹੁਣ ਤੱਕ, ਕੀ ਮਾਮਲੇ ਆ, ਇਹ ਲੀਗਲ ਐਸਪੈਕਟ ਜਾਣਨਾ ਬੜਾ ਲਾਜ਼ਮੀ ਹੈ। ਸੀਨੀਅਰ ਐਡਵੋਕੇਟ HS ਖਾਰਾ ਸਾਹਿਬ ਸਾਡੇ ਨਾਲ ਨੇ। ਖਾਰਾ ਸਾਹਿਬ, ਇਹ ਮਾਮਲਾ ਤੁਸੀਂ ਲੜ ਰਹੇ ਹੋ ਜੀ ਇਹਨਾਂ ਦਾ? ਹਾਂਜੀ, ਇਹਨਾਂ ਦਾ ਪਹਿਲਾ ਪਰਚਾ ਦਰਜ ਹੋਇਆ ਸੀ 2014 ਦੇ ਵਿੱਚ, ਜੋ ਅਨਲਾਫੁਲ ਐਕਟੀਵਿਟੀ ਐਕਟ 'ਚ ਜਗਤਾਰ ਸਿੰਘ ਤਾਰਾ ਇਹ ਅਤੇ ਨਾਲ ਅਮਰਜੀਤ ਸਿੰਘ ਸੀ। ਉਦੋਂ ਇਹਨਾਂ 'ਤੇ ਐਲੀਗੇਸ਼ਨ ਇਹ ਲਾਏ ਸੀ ਕਿ ਇਹ ਬੱਬਰ ਖਾਲਸਾ ਦਾ ਇੱਕ ਲੈਟਰ ਪੈਡ ਇਹਦੇ ਕੋਲੋਂ ਮਿਲਿਆ ਸੀ। ਜਦੋਂ ਐਵੀਡੈਂਸ ਦੇ ਵਿੱਚ ਆਇਆ ਤਾਂ ਲੈਟਰ ਪੈਡ ਜਿਹੜਾ ਫੇਕ ਸਾਬਤ ਹੋਇਆ ਸੀ। ਫੇਕ ਸਾਬਤ ਹੋਣ ਕਰਕੇ ਅਨਲਾਫੁਲ ਐਕਟੀਵਿਟੀ ਦੇ ਵਿੱਚੋਂ ਜੱਜ ਸਾਹਿਬ ਨੇ ਇਹਨਾਂ 3 ਬੰਦਿਆਂ ਨੂੰ ਬਰੀ ਕਰਤਾ ਸੀ। 25 ਆਰਮਸ ਦੇ ਵਿੱਚ ਇਹਨੂੰ 1 ਸਾਲ ਦੀ ਸਜ਼ਾ ਕੀਤੀ ਸੀ, ਪਰ ਇਹ ਆਲਰੇਡੀ ਜੇਲ੍ਹ ਦੇ ਵਿੱਚ ਸੀ, ਉਹ ਅੰਡਰਗਰਾਊਂਡ ਹੋ ਗਈ ਸੀ। ਦੂਸਰਾ ਪਰਚਾ ਜਦੋਂ ਅਜੇ ਕੇਸ ਚੱਲਦਾ ਪਿਆ ਸੀ, ਫਸਟ ਤਿੰਨ 3 ਕਾਰਤੂਸ ਪਾ ਕੇ ਮੋਹਾਲੀ ਦੇ ਵਿੱਚ ਅਨਲਾਫੁਲ ਐਕਟੀਵਿਟੀ ਐਕਟ 'ਤੇ ਪਰਚਾ ਦਰਜ ਕਰਤਾ ਸੀ। ਉਹ ਕੇਸ ਇੰਨਾ ਵੀਕ ਹੈ ਕਿ ਪੁਲਿਸ ਨੂੰ ਲੱਗ ਰਿਹਾ ਕਿ ਸ਼ਾਇਦ ਇਹ ਬਰੀ ਨਾ ਹੋ ਜਾਓ, ਕਿਤੇ ਉੱਥੋਂ ਹੋ ਜਾਏ। ਤਾਂ ਹੁਣ ਇਹਨਾਂ ਨੇ 4/11/019 ਦੇ ਇੱਕ ਪਰਚਾ ਦਰਜ ਕੀਤਾ ਮੋਹਾਲੀ ਦੇ ਵਿੱਚ। 3 ਬੰਦੇ ਨੇ, ਲਖਵੀਰ ਸਿੰਘ ਜਿਹੜਾ ਦੁਬਈ ਤੋਂ, ਪਰਮਜੀਤ ਸਿੰਘ ਜਿਹੜਾ ਹੈ UK ਤੋਂ, ਅਤੇ ਸੁਰਿੰਦਰ ਕੌਰ ਜਿਹੜੀ ਹੈ ਇਹ ਹੈ ਆਪਣੇ ਫਰੀਦਕੋਟ ਤੋਂ। ਤਾਂ ਉਹਨਾਂ ਦੇ ਐਲੀਗੇਸ਼ਨ ਲਾਏ ਕਿ ਇਹਨਾਂ 3 ਦੇ ਟੱਚ ਦੇ ਵਿੱਚ ਹੈ ਜੋ ਸੰਨੀ ਹੈ, ਅਤੇ ਟੱਚ ਦੇ ਵਿੱਚ ਹੋਣ ਕਰਕੇ ਇਹ IS ਪਾਕਿਸਤਾਨ ਨਾਲ ਰਲ ਕੇ ਖਾਲਿਸਤਾਨ ਦੇ ਵਿੱਚ ਜਿਹੜਾ ਹੈ ਬਣਾਉਣ ਦੀ ਜਾਂ ਪੰਜਾਬ 'ਚ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ। ਜਦਕਿ ਇਹਦੇ ਵਿੱਚ ਮੇਰੀ ਇਹ ਪੁਆਇੰਟ ਹੈ ਕਿ ਜਦੋਂ ਸੰਨੀ 2.5 ਸਾਲ ਤੋਂ ਬਾਹਰ ਹੀ ਨਹੀਂ ਆਇਆ, ਨਾ ਉਹਦੀ ਮੁਲਾਕਾਤ ਹੋਈ ਹੈ, ਨਾ ਉਹਦੀ ਮੋਬਾਈਲ ਕਿਸੇ ਨਾਲ ਕਾਲ ਉਹਦੇ ਨਾਲ ਰਿਲੇਟਡ ਹੈ, ਤਾਂ ਫਿਰ ਅਸੀਂ ਕਿਵੇਂ ਕਹਾਂਗੇ ਕਿ ਉਹ ਆਦਮੀ ਖਾਲਿਸਤਾਨ ਦੇ ਜਾਂ ਪਾਕਿਸਤਾਨ ਦੇ IS ਨਾਲ? ਹੋ ਸਕਦਾ ਇਹ ਬੰਦੇ ਮੁਲਾਕਾਤ ਕਰਨ ਜਾਂਦੇ ਹੋਣ। ਵਿਦਆਊਟ ਇੰਟਰੀ ਰਜਿਸਟਰ ਤੋਂ, ਇੰਟਰੀ ਤੋਂ ਬਿਨਾਂ ਮੁਲਾਕਾਤ ਨਹੀਂ ਹੁੰਦੀ, ID ਕਾਰਡ ਤੋਂ ਬਿਨਾਂ ਮੁਲਾਕਾਤ ਨਹੀਂ ਹੁੰਦੀ। ਅਗਰ ਪੁਲਿਸ ਨੇ ਅੱਜ ਤੱਕ ਕੋਈ ID ਕਾਰਡ ਜਾਂ ਦਾ ਰਜਿਸਟਰ ਹੁੰਦਾ ਤਾਂ ਪੁਲਿਸ ਉਹਨੂੰ ਪੇਸ਼ ਕਰਦੀ ਕਿ ਉਹਨੂੰ ਬੰਦੇ ਮਿਲਣ ਆਏ ਨੇ। ਪੋਸੀਬਲ ਹੀ ਹੈ ਨਹੀਂ ਕਿ ਸੰਨੀ ਨੂੰ ਕੋਈ ਬੰਦਾ ਬਾਹਰਲਾ ਮਿਲਣ ਆ ਜਾਏ। ਸੋ ਇਹ ਜਾਣ ਬੁੱਝ ਕੇ ਸੰਨੀ ਮਾਮਲਾ ਉਦੋਂ ਦਰਜ ਹੋਇਆ ਜਦੋਂ ਜੇਲ੍ਹ ਦੇ ਵਿੱਚ ਸੀਗਾ, 2.5 ਸਾਲ ਪਿੱਛੇ ਜੇਲ੍ਹ ਦੇ ਵਿੱਚ ਹੈ। ਅਗਰ ਜਦੋਂ ਪਹਿਲੇ ਪਰਚੇ 'ਤੇ ਇਹਨੂੰ ਇਨਵੈਸਟੀਗੇਸ਼ਨ ਕੀਤੀ ਹੈ, ਇਹਨਾਂ ਨੇ ਇਨਕੁਆਇਰੀ ਕੀਤੀ ਹੈ, ਜੇ ਇਹਦੇ ਖਾਲਿਸਤਾਨ ਨਾਲ ਲਿੰਕ ਹੁੰਦੇ, ਇਹਨਾਂ ਬੰਦਿਆਂ ਨਾਲ ਲਿੰਕ ਹੁੰਦੇ, ਤਾਂ 2.5 ਸਾਲ ਪਹਿਲਾਂ ਹੀ ਇਨਵੈਸਟੀਗੇਸ਼ਨ 'ਚ ਆ ਜਾਣੇ ਸੀ। ਹੁਣ ਤਾਂ ਬੰਦਾ ਜੇਲ੍ਹ ਦੇ ਵਿੱਚ ਹੈ, 1.5 ਸਾਲ ਉਹ ਨਾਭਾ ਜੇਲ੍ਹ 'ਚ ਰਿਹਾ, 1 ਸਾਲ ਤੋਂ ਉਹਦੀ ਫੈਮਿਲੀ ਕਰਕੇ ਜੇਲ੍ਹ ਟ੍ਰਾਂਸਫਰ ਬਠਿੰਡਾ ਹੋ ਗਈ। ਅਤੇ ਇਹ ਪੋਸੀਬਲ ਹੀ ਹੈ ਨਹੀਂ ਕਿ ਉਹਦੇ ਕਿਤੇ ਨਾਲ ਲਿੰਕ ਹੋਣ। ਜੇ ਸਪੋਜ਼ ਕਰੋ ਇਹ ਲਿੰਕ ਸਾਬਤ ਕਰਦੇ ਨੇ, ਤਾਂ ਇਹਦਾ ਮਤਲਬ ਤਾਂ ਇਹ ਹੋਇਆ ਕਿ ਇਹਨਾਂ ਦੇ ਅਫੀਸਰ ਅਤੇ ਜੇਲ੍ਹ ਵਿੱਚ ਸਾਰੀ ਰਲੀ ਹੋਈ ਹੈ, ਫਿਰ ਉਹਨਾਂ ਨੂੰ ਮੁਲਜ਼ਮ ਬਣਾਉਣੇ। ਸੋ ਪੋਸੀਬਲ ਹੈ ਹੀ ਨਹੀਂ ਕਿ ਸੰਨੀ ਦੇ ਕਿਤੇ ਲਿੰਕ ਹੋਣ। ਇਹ ਤਾਂ ਜਾਣ ਬੁੱਝ ਕੇ ਇੱਕ ਗੁਰਸਿੱਖ ਹੋਣ ਕਰਕੇ, ਕਿਉਂਕਿ 2013 ਦੇ ਵਿੱਚ ਇਕੱਲਾ ਸੰਨੀ ਸੀ ਜਿਹਨੇ ਉਦੋਂ ਸਰਸੇ ਵਾਲੇ ਬਾਬੇ ਦਾ ਵਿਰੋਧ ਕੀਤਾ ਸੀ, ਤਾਂ ਉਦੋਂ ਸਰਸੇ ਵਾਲਾ ਬਾਬਾ ਦੀ ਪੂਰੀ ਚੜ੍ਹਤ ਸੀ। ਉਸ ਤੋਂ ਬਾਅਦ ਇਹਦਾ ਪਰਚਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਹੋਰ ਇਹਦਾ ਕੋਈ ਖਾਲਿਸਤਾਨ ਨਾਲ ਲਿੰਕ ਨਹੀਂ, ਕੋਈ ਆਈ ਐੱਸ ਨਾਲ ਲਿੰਕ ਨਹੀਂ, ਸਿਰਫ ਇਹੀ ਦੋਸ਼ ਸੀ ਕਿ ਉਦੋਂ ਉਹਦੇ ਅਗੇਂਸਟ ਬੋਲਿਆ ਸੀ। ਪਰ ਖਰਾ ਸਾਹਿਬ ਹੁਣ ਤਾਂ ਸਰਸੇ ਵਾਲਾ ਬਾਬਾ ਵੀ ਅੰਦਰ ਹੈ, ਹੁਣ ਕਿਉਂ ਇਹਦੇ 'ਤੇ ਪਰਚਾ ਦਰਜ ਹੋਊਗਾ? ਪਰ ਹੁਣ ਤਾਂ ਲਾਈਨ 'ਤੇ ਲੱਗ ਗਿਆ ਨਾ ਜੀ, ਹੁਣ ਤਾਂ ਕਾਰਨ ਕਿ ਸਾਡੇ ਜਿਹੜੇ ਅਫੀਸਰ ਨੇ ਪੰਜਾਬ ਦੇ, ਇਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਕਿ 5-6 ਮਹੀਨਿਆਂ ਦੇ ਬਾਅਦ ਜਿਹੜੇ ਸਿੱਖ ਮੁੰਡਿਆਂ ਨੂੰ ਦਿਖਾਉਣਾ ਕਿ ਇਹ ਖਾਲਿਸਤਾਨ ਲਈ ਕੰਮ ਕਰ ਰਹੇ ਨੇ, ਜਦਕਿ ਪੰਜਾਬ ਦੇ ਵਿੱਚ ਅਜਿਹੀ ਗੱਲ ਹੈ ਹੀ ਕੋਈ। ਤੁਹਾਨੂੰ ਨਹੀਂ ਲੱਗਦਾ ਕੋਈ ਐਕਟੀਵਿਟੀ ਹੈ? ਬਿਲਕੁਲ ਹੈ ਹੀ ਨਹੀਂ ਜੀ, ਕਿਸੇ ਮਤਲਬ ਹੀ ਨਹੀਂ ਕੋਈ, ਨਾ ਹੀ ਕੋਈ ਜਿੰਨੀਆਂ ਇਸ ਟਾਈਮ ਦੇ ਜਥੇਬੰਦੀਆਂ ਨੇ, ਸਾਰੇ ਥਰੂ ਡੈਮੋਕ੍ਰੇਸੀ ਗੱਲ ਕਰ ਰਹੇ ਨੇ, ਕੋਈ ਬੰਦਾ ਇਸ ਤਰ੍ਹਾਂ ਦਾ ਵੈਪਨ ਜਾਂ ਕੋਈ ਬੰਦਾ ਕੋਈ ਕੰਮ ਹੀ ਕਰ ਹੀ ਨਹੀਂ ਰਿਹਾ ਪੰਜਾਬ ਦੇ ਵਿੱਚ। ਇਸ ਲੇਡੀ ਦੇ ਹਾਲਾਤ ਕੀ ਨੇ, ਘਰ ਦੇ ਕੀ ਹਾਲਾਤ? ਇਹਨਾਂ ਦੇ ਹਾਲਾਤ ਬਹੁਤ ਮਾੜੇ ਨੇ ਜੀ, ਮੇਰੇ ਦੇਖਣ 'ਚ ਕੋਈ ਕਮਾਈ ਵਾਲਾ ਸਾਧਨ ਹੈ ਨਹੀਂ। ਆਹਦਾ ਜਿਹੜੇ ਕੇਸ ਹੈ, ਚਲੋ ਮੈਂ ਜਿੰਨੇ ਜੋਗਾ ਹੈਗਾ, ਜਾਂ ਉੱਥੇ ਮਿਸਟਰ ਗੁਰਪ੍ਰੀਤ ਸਿੰਘ ਸੰਧੂ ਹੈ ਚੰਡੀਗੜ੍ਹ, ਉਹ ਹੈਲਪ ਕਰਦਾ, ਜਿੰਨੇ ਜੋਗੇ ਹੈਗੇ ਹਾਂ ਅਸੀਂ ਉਨੀ ਹੈਲਪ ਕਰਦੇ ਨੇ ਬਸ। ਆ ਕੋਈ ਔਰ ਇਹ ਵੀ ਵੱਡੀ ਗੱਲ ਹੈ ਕਿ ਇਹਨੇ 2 ਮਹੀਨੇ ਵਿਆਹ ਨੂੰ ਹੋਏ ਸੀ, ਉਹਨੂੰ ਛੱਡਿਆ ਨਹੀਂ ਮੁੰਡੇ ਨੂੰ, ਔਰ ਇਹ ਲੜ ਰਹੀ ਹੈ ਅੱਜ। ਬਹੁਤ ਵਧੀਆ ਹੈ ਜੀ, ਇਹਨਾਂ ਮੈਂ ਲੜਕੀ ਨੂੰ 2-3 ਸਾਲ ਹੋ ਗਏ ਪਿੱਛੇ ਆਉਂਦੀ ਨੂੰ, ਮਤਲਬ ਕਿ ਪੂਰਾ ਜਦੋਂ ਜਹਿਦ ਨਾਲ ਲੜ ਰਹੀ ਹੈ, ਨਹੀਂ ਤਾਂ ਹੋਰ ਅੱਜ ਕੱਲ੍ਹ ਤਾਂ ਦੇਖਿਆ ਅਗਲਾ ਨਾਲ ਦੀ ਨਾਲ ਡਾਈਵੋਰਸ ਹੋ ਜਾਂਦਾ ਹੈ। ਪਰ ਇਹ ਲੜਕੀ ਮੈਂ ਪਰਸੋਂ ਦਾ ਦੇਖੀ ਜਾਣਾ, ਇੱਥੇ ਚੱਕਰ ਹੀ ਮਾਰੀ ਜਾਂਦੀ, ਕਿਸ ਤਰੀਕੇ ਨਾਲ ਸਰਕਾਰ ਤੀਕਰ ਸਾਡੀ ਗੱਲ ਪਹੁੰਚੇ, ਅਤੇ ਇਹਨੂੰ ਜਿਹੜਾ ਇਨੋਸੈਂਟ ਡਿਕਲੇਅਰ ਕਰਨ ਬੰਦਾ ਹੈ ਹੀ ਇਨੋਸੈਂਟ ਹੈ ਜੀ। ਤੁਹਾਡੇ ਜ਼ਹਿਨ 'ਚ ਨਹੀਂ ਆਇਆ ਜੀ ਕਦੇ ਇੰਨਾ ਔਖਾ ਹਾਲਾਤ ਕਰਦੇ, ਕਦੇ ਪੈਸੇ ਟੱਕੇ ਤੋਂ ਵੀ ਪ੍ਰੋਬਲਮ ਹੁੰਦੀ ਹੋਣੀ ਹੈ? ਹਾਂਜੀ ਸਰ, ਜਦੋਂ ਆਉਂਦੀ ਹੈ ਮੇਰੀ ਫੈਮਿਲੀ ਹੈ ਉਹ ਦੇ ਦਿੰਦੀ ਹੈ ਮੈਨੂੰ। ਸਰ ਮੈਂ ਛੱਡ ਕੇ ਜਾਊਂਗੀ ਕਿੱਥੇ, ਐਡਾ ਵਧੀਆ ਮੁੰਡਾ ਮੈਨੂੰ ਹੋਰ ਨਹੀਂ ਮਿਲੇਗਾ ਕੋਈ। ਰਮਨਦੀਪ ਸਾਨੀ ਇੱਕ ਸਰਦਾਰ ਆ, ਕੁਝ ਖਾਂਦਾ ਪੀਂਦਾ ਨਹੀਂ, ਹਰ ਇੱਕ ਦੀ ਮਦਦ ਕਰਦਾ, ਬਹੁਤ ਵਧੀਆ ਬੰਦਾ ਹੈ। ਮੈਂ ਉਹਨੂੰ ਕਿਉਂ ਲੱਗਦਾ ਫਸਾਇਆ ਕਿਉਂ ਗਿਆ? ਜੇ ਤੁਸੀਂ ਕਹਿੰਦੇ ਹੋ ਫਸਾਇਆ ਤਾਂ ਕਿਉਂ ਫਸਾਇਆ ਗਿਆ? ਸਰ ਸਮਝ ਉਹੀ ਸਮਝ ਨਹੀਂ ਆ ਰਹੀ ਕਿ ਇਹਨੂੰ ਕਿਉਂ ਨਹੀਂ ਜੀਣ ਦੇ ਰਹੇ। ਅਸੀਂ ਪਰਿਵਾਰਕ ਜ਼ਿੰਦਗੀ ਜੀਣਾ ਚਾਹੁੰਦੇ ਹਾਂ, ਮੈਂ ਘਰ ਤਾਂ ਮੇਰੇ 'ਤੇ ਵੀ ਪੂਰੀ ਨਿਗ੍ਹਾ ਰੱਖਦੇ ਆ, ਮੈਂ ਕਿੱਥੇ ਜਾ ਰਹੀ ਹਾਂ, ਕਿਹਨੂੰ ਮਿਲਦੀ ਹਾਂ, ਕੀ ਕਰ ਰਹੀ ਹਾਂ, ਇੱਥੋਂ ਤੱਕ ਕਿ ਸਾਰਾ ਕੁਝ ਇਹ ਚੈੱਕ ਕਰਦੇ ਆ ਕੌਣ ਸਾਡੇ ਘਰ ਆ ਰਿਹਾ। ਜੇ ਕੋਈ ਮੈਂ ਕਿਸੇ ਨੂੰ ਬੁਲਾਉਂਦੀ ਵੀ ਹਾਂ ਕੋਈ ਘਰ ਵੀ ਕੰਮ ਚਾਹੇ ਕਰਨਾ, ਅਤੇ ਉਹਦੇ ਘਰ ਪੁਲਿਸ ਸਿੱਧਾ ਚਲੀ ਜਾਂਦੀ, ਤੁਸੀਂ ਇਹਨਾਂ ਦੇ ਘਰ ਕਿਉਂ ਜਾ ਰਹੇ ਹੋ, ਤੁਹਾਡੇ 'ਤੇ ਪਰਚੇ ਦਰਜ ਹੋ ਜਾਣਗੇ। ਇੱਥੋਂ ਤੱਕ ਕਿ ਮੈਨੂੰ ਵੀ ਕਹਿ ਚੁੱਕਿਆ ਜੇ ਤੂੰ ਜਾਏਂਗੀ ਨਾ ਬਾਹਰ ਅੰਦਰ, ਤੇਰੇ 'ਤੇ ਵੀ ਪਰਚੇ ਦਰਜ ਹੋਣ। ਤੰਗ ਕੌਣ ਕਰਦਾ? ਸਰ ਪੁਲਿਸ ਵਾਲੇ ਪੂਰੀ ਨਿਗ੍ਹਾ ਰੱਖਦੇ ਆ। 1-2 ਵਾਰ ਸਰ ਇਹਨਾਂ ਨੇ ਮੇਰੇ ਤੋਂ ਵੀ ਪੁੱਛਗਿੱਛ ਕੀਤੀ ਹੈ, ਅਤੇ ਮੈਨੂੰ ਘਰ ਆਉਣ ਵਾਸਤੇ ਕਿਹਾ ਸੀ, ਕਹਿੰਦੇ ਅਸੀਂ ਘਰ ਆਉਣਾ ਚਾਹੁੰਦੇ ਹਾਂ। ਮੈਂ ਕਿਹਾ ਸਾਡੇ ਘਰ ਨਾ ਆਇਓ, ਸਾਡੇ ਮਾਤਾ 95 ਸਾਲ ਤੋਂ ਉੱਪਰ ਨੇ, ਜੇ ਉਹਨਾਂ ਨੂੰ ਕੁਝ ਹੋ ਗਿਆ ਤੁਸੀਂ ਜ਼ਿੰਮੇਵਾਰ ਹੋ ਗਏ। ਜੋ ਮੈਨੂੰ ਪੁੱਛਣਾ, ਮੈਂ ਜੇਲ੍ਹ 'ਚ ਜਾਂਦੀ ਹਾਂ ਰਮਨਦੀਪ ਸਾਨੀ ਨੂੰ ਮਿਲਣ, ਮੈਨੂੰ ਉੱਥੇ ਬਿਠਾ ਕੇ ਜੋ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ, ਪਰ ਮੇਰੇ ਘਰ ਨਾ ਆਇਓ। ਜੇ ਮੇਰੀ ਮਾਤਾ ਨੂੰ ਕੁਝ, ਇਹਨਾਂ ਨੂੰ ਕੁਝ ਹੋ ਗਿਆ, ਤਾਂ ਇਸ ਤੋਂ ਬਾਅਦ ਮੈਂ ਕਿਵੇਂ ਰਹਾਂਗੀ? ਉਹਨਾਂ ਦੇ ਸਿਰ 'ਤੇ ਤਾਂ ਮੈਂ ਘਰ 'ਚ ਰਹਿ ਰਹੀ ਹਾਂ। ਡਰ ਲੱਗਦਾ ਤੁਹਾਨੂੰ ਕਈ ਵਾਰੀ ਘਰ ਦੇ ਵਿੱਚ ਇਕੱਲਿਆਂ ਰਹਿੰਦੇ ਕਿ ਇੰਨੇ ਪਿੱਛੇ ਲੱਗੇ ਹੋਏ ਨੇ, ਜਾਂ ਕੋਈ ਚੰਗੀ ਮਾੜੀ ਗੱਲ ਨਾ ਕੋਈ ਹੋ ਜੇ? ਸਰ ਲੱਗਦਾ ਤਾਂ ਹੈ, ਹੁਣ ਕੀ ਕਰੀਏ, ਮਜਬੂਰੀ ਆ, ਰਹਿਣਾ ਪੈਂਦਾ ਹੈ, ਛੱਡ ਕੇ ਕਿੱਥੇ ਚਲੀ ਜਾਵਾਂਗੀ ਹੁਣ। ਤੁਹਾਨੂੰ ਇਹ ਲੱਗਦਾ ਕਿ ਸ਼ਾਇਦ ਜਿਸ ਤਰ੍ਹਾਂ ਅਕਸਰ ਇਹ ਚਰਚਾ ਹੁੰਦੀ ਹੈ ਵੀ ਸਰਦਾਰ ਹੋਣ ਕਰਕੇ ਤਾਂ ਨਹੀਂ ਕਿਤੇ ਇਹ ਸਭ ਹੋ ਰਿਹਾ? ਸਰ ਐਸੇ ਕਰਕੇ ਹੋ ਰਿਹਾ ਕਿਉਂਕਿ ਇਹ ਥੋੜ੍ਹਾ ਜਿਹਾ ਇਹਨਾਂ ਨੇ ਸਰਸੇ ਵਾਲੇ ਵਾਸਤੇ ਕੁਝ ਬੋਲ ਦਿੱਤਾ ਸੀ, ਮੈਨੂੰ ਦੱਸ ਰਿਹਾ ਸੀ ਕਿ ਪਹਿਲਾਂ ਮੈਂ ਇਸ ਦੇ ਖਿਲਾਫ਼ ਸੀਗਾ, ਤਾਂ ਕਰਕੇ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਆ। ਜੇ ਕੋਈ ਬੰਦਾ ਸੱਚ ਦੇ ਨਾਲ ਖੜਦਾ ਤਾਂ ਉਹਨੂੰ ਹਮੇਸ਼ਾ ਹੀ ਐਂ ਕਰਦੀ ਆ ਪੁਲਿਸ। ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ? ਸਰ ਉਹਨਾਂ ਨੇ, ਮੈਂ ਸ਼ਨੀਵਾਰ ਗਈ ਸੀ, ਉਹਨਾਂ ਨੇ ਇੱਕ ਮੈਨੂੰ ਪ੍ਰੈਸ ਨੋਟਿਸ ਵੀ ਦਿੱਤਾ ਸੀ ਬਕਾਇਦਾ ਕੱਢ ਕੇ ਕਿ ਮੈਂ ਭੁੱਖ ਹੜਤਾਲ 'ਤੇ ਹਾਂ ਸੋਮਵਾਰ ਤੋਂ। ਸਰ ਵੈਸੇ ਹੀ ਉਹ ਭੁੱਖ ਹੜਤਾਲ 'ਤੇ ਆ, 3 ਦਿਨ ਹੋ ਗਏ, ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਸਰਕਾਰ ਤੋਂ ਮੈਂ ਇਹੀ ਮੰਗ ਕਰਦੀ ਵੀ ਸਾਡੀ ਜ਼ਿੰਦਗੀ ਨਰਕ ਕਿਉਂ ਬਣਾ ਰਹੇ ਹੋ? ਅਸੀਂ ਪਰਿਵਾਰਕ ਜ਼ਿੰਦਗੀ ਜੀਣਾ ਚਾਹੁੰਦੇ ਹਾਂ, ਵੀ ਰਮਨਦੀਪ ਸਾਨੀ ਨੂੰ ਹੁਣ ਰਿਹਾਅ ਕਰ ਦਿਉ, ਕਿਉਂ ਉੱਥੇ ਵਾਰ ਵਾਰ ਕੇਸ ਪਾਈ ਜਾ ਰਹੇ ਹੋ? ਸਰ ਐਸੀ ਜ਼ਿੰਦਗੀ ਜੀ ਨਹੀਂ ਜਾਂਦੀ, ਬੜੀ ਮੁਸ਼ਕਿਲ ਹੋ ਜਾਂਦੀ ਆ। ਕੋਈ ਸੰਬੰਧ ਤੁਹਾਨੂੰ ਕਦੇ ਦੱਸਿਆ, ਕਦੇ ਤਾਰਾ ਨਾਲ ਜਾਂ ਕਿਸੇ ਹੋਰ ਨਾਲ ਕਦੇ ਮਿਲਿਆ ਹੋਵੇ ਜਾਂ ਗੱਲਬਾਤ ਹੋਈ ਹੋਵੇ? ਨਹੀਂ ਸਰ, ਕਦੇ ਵੀ ਨਹੀਂ ਹੋਇਆ। ਮੈਂ 2 ਮਹੀਨੇ ਰਹੀ ਹਾਂ ਸਰ, ਕਦੇ ਵੀ ਫੋਨ 'ਤੇ ਉਹਨੇ ਫੇਸਬੁੱਕ ਕੁਛ ਵੀ ਨਹੀਂ ਚਲਾਇਆ।
ਵੀ ਜੇ ਸਮਾਨ ਤੁਹਾਨੂੰ ਇਹ ਸੋਸ਼ਲ ਮੀਡੀਆ ਵਾਸਤੇ ਕਹਿ ਰਿਹਾ, ਕੋਈ ਫੇਸਬੁੱਕ ਉਹਦੇ ਕੋਲ ਚੱਲ ਹੀ ਨਹੀਂ ਰਹੀ, ਕੋਈ ਪ੍ਰੂਫ ਹੀ ਨਹੀਂ ਹੈਗਾ ਸਰ ਇਹਨਾਂ ਕੋਲ। ਅਤੇ ਜਿਹੜੇ ਪੈਸੇ ਪੂਸੇ ਆਉਂਦੇ ਰਹੇ ਤੁਹਾਨੂੰ ਦੱਸਦਾ ਰਿਹਾ ਵੀ ਕਿੱਥੋਂ ਪੈਸੇ ਆਉਂਦੇ ਰਹੇ? ਹਾਂਜੀ ਸਰ, ਜਦੋਂ ਇਹ ਕਬਾੜ ਦਾ ਕੰਮ ਕਰਦਾ ਸੀ, ਜਦੋਂ ਵੀ ਜਾਂਦਾ ਸੀ ਦਿੱਲੀ ਗੱਡੀ ਲੈ ਕੇ ਜਾਂਦਾ ਸੀ, ਇੱਕ ਰਾਤ ਉੱਥੇ ਰੁਕਣਾ ਪੈਂਦਾ ਸੀ ਅਤੇ ਆਉਂਦਾ ਸੀ ਚੈੱਕ, ਮੈਨੂੰ ਪੈਸੇ ਮੈਨੂੰ ਹੀ ਸਾਰੇ ਘਰ ਫੜਾਉਂਦਾ ਸੀ ਕਿ ਆਹ ਪੈਸੇ ਆਏ ਆ ਉੱਥੋਂ। ਸਰ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਪੈਸਾ ਹੀ ਨਹੀਂ ਆਇਆ ਇਹਨਾਂ ਨੇ। ਬਹੁਤ ਮੋਟੀਆਂ ਅਮਾਊਂਟਸ ਵੀ ਆਈਆਂ, ਲੱਖਾਂ 'ਚ ਵੀ ਪੈਸੇ ਆਏ? ਨਹੀਂ ਸਰ, ਇੰਨੇ ਜ਼ਿਆਦਾ ਨਹੀਂ, 50-60 ਹਜ਼ਾਰ ਤੱਕ ਤਕਰੀਬਨ ਬਸ। ਉਹ ਕਾਰੋਬਾਰ ਕਰਦਾ? ਹਾਂਜੀ ਸਰ, ਕਬਾੜ ਦੀ ਦੁਕਾਨ ਸੀ, ਇੱਕ ਪੂਰੀ ਵੱਡੀ ਗੱਡੀ ਜਾਂਦੀ ਸੀ, ਉਹਦੇ ਵਿੱਚ ਸਾਨੂੰ 10-20 ਹਜ਼ਾਰ ਰੁਪਇਆ ਬਚਤ ਹੁੰਦਾ ਸੀ, ਬਾਕੀ ਉਹ ਜਿਹੜਾ ਕਬਾੜ ਦਾ ਸਮਾਨ ਸੀ ਉਹੀ ਹੁੰਦਾ ਸੀ। ਖਰਾ ਸਾਹਿਬ, ਇਹ ਐਸਟੈਬਲਿਸ਼ ਹੋਇਆ ਜੀ ਕਿਤੇ ਕਿ ਜਿਹੜਾ ਪੈਸਾ ਆ ਰਿਹਾ ਸੀ ਉਹ ਕੋਈ ਫੰਡਿੰਗ ਹੋ ਰਹੀ ਸੀਗੀ? ਨਹੀਂ ਜੀ, ਨਹੀਂ ਨਹੀਂ, ਕੋਈ ਐਸੀ ਗੱਲ ਹੀ ਨਿਕਲਾ। 94,5495 ਰੁਪਈਏ ਜਿਹੜੇ ਪਹਿਲੇ ਕੇਸ 'ਚ ਐਲੀਗੇਸ਼ਨ ਲੱਗੇ ਸੀ ਉਹ ਇਹਦੇ ਅਕਾਊਂਟ ਦੇ ਵਿੱਚ ਅਮਰਜੀਤ ਨੇ ਪਾਏ ਸੀ। ਉਹ ਵੈਸੇ ਬੰਦਾ ਹੈਲਪਫੁਲ ਸੀ, ਇੰਡੀਆ ਦੇ ਵਿੱਚ ਉਹ 30-40 ਥਾਵਾਂ 'ਤੇ ਉਹਨੇ ਪੈਸੇ ਭੇਜੇ ਹੋਏ ਸੀ, ਅਤੇ ਇਹਨਾਂ ਨੇ ਇਹ ਗੱਲ ਬਣਾਤੀ ਸੀ ਕਿ ਜਿਹੜਾ 5495 ਰੁਪਈਏ ਖਾਲਿਸਤਾਨ ਬਣਾਉਣ ਲਈ ਆਇਆ। ਬੜਾ ਇੱਕ ਟੇਢਾ ਮਜ਼ਾਕ ਸੀ, ਅਤੇ ਉਹ ਤਾਂ ਹੀ ਕੇਸ ਜਿਹੜਾ ਸੀ ਇਹਨਾਂ ਦਾ ਜਿਹੜਾ ਪ੍ਰੂਫ ਨਹੀਂ ਸੀ ਕਰ ਸਕੇ। 5500 ਰੁਪਏ 'ਚ ਖਾਲਿਸਤਾਨ ਬਣਾਉਣ, 5495 ਰੁਪਏ ਸਨੀ ਖਾਲਿਸਤਾਨ ਬਣਾ ਰਿਹਾ ਸੀ, ਬੜਾ ਮਜ਼ਾਕ ਸੀ ਜੀ। ਸੋ ਇਹ ਪੱਖ ਇਹਨਾਂ ਦਾ ਹੈ, ਵਕੀਲ ਸਾਹਿਬ ਦਾ ਪੱਖ ਹੈ, ਇਹ ਰਮਨਦੀਪ ਦੀ ਪਤਨੀ ਹੈ, ਇਹਨਾਂ ਦਾ ਪੱਖ ਹੈ ਕਿ ਝੂਠੇ ਕੇਸ ਪਾਏ ਜਾ ਰਹੇ ਨੇ ਇਸ ਮਾਮਲੇ ਦੇ ਉੱਤੇ। ਮੋਹਾਲੀ ਦੀ ਪੁਲਿਸ ਜਿੱਥੇ ਪਰਚਾ ਦਰਜ ਕੀਤਾ ਗਿਆ, ਹੁਣ ਉਹਨਾਂ ਦਾ ਕੀ ਕਹਿਣਾ ਉਹ ਪੱਖ ਵੀ ਸੁਣ ਲੈਂਦੇ ਹਾਂ। ਅਸੀਂ ਇਸ ਕੇਸ ਸੰਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਸੀਂ ਚਾਹੁੰਦੇ ਸੀ ਕਿ ਦੋਵੇਂ ਪੱਖ ਤੁਹਾਡੇ ਸਾਹਮਣੇ ਲਾਉਂਦੇ, ਪਰ ਪੁਲਿਸ ਅਧਿਕਾਰੀਆਂ ਨੇ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ। ਸੋ ਤੁਸੀਂ ਰਮਨਦੀਪ ਦੀ ਪਤਨੀ ਦਾ ਪੱਖ ਸੁਣਿਆ, ਉਹਨਾਂ ਦੇ ਵਕੀਲ ਦਾ ਪੱਖ ਸੁਣਿਆ, ਔਰ ਮੋਹਾਲੀ ਦੀ ਪੁਲਿਸ ਦਾ ਵੀ ਪੱਖ ਸੁਣਿਆ। ਇਸ ਮਾਮਲੇ ਦੇ ਵਿੱਚ ਆਖਰੀ ਫੈਸਲੇ ਅਦਾਲਤਾਂ ਨੇ ਕਰਨੇ ਹੁੰਦੇ ਆ, ਪਰ ਵੱਡੇ ਸਵਾਲ ਜ਼ਰੂਰ ਖੜ੍ਹੇ ਹੋ ਰਹੇ ਹੈ ਕਿ ਜਦੋਂ ਬੰਦਾ ਜੇਲ੍ਹ ਦੇ ਵਿੱਚ ਸੀਗਾ ਤਾਂ ਉਸਦੇ ਉੱਤੇ ਕਿਸ ਤਰ੍ਹਾਂ ਪਰਚਾ ਦਰਜ ਕੀਤਾ ਗਿਆ। ਹਾਲਾਂਕਿ ਅਦਾਲਤ ਜਿਹੜੀ ਹੈ ਉਹ ਇਸ ਦਾ ਫੈਸਲਾ ਕਰੂਗੀ। ਕੈਮਰਾ ਪਰਸਨ ਕਮਲ ਗਿੱਲ ਅਤੇ ਗੁਰਦੀਪ ਬੈਨਿੰਗਪਾਲ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਬਠਿੰਡਾ।